ਜਪਲੀ ਕਰਪਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਲਾ ਬਲੀ ਦੇ ਸਥਾਨ ਸਮਾਧਾਂ ਵਿਖੇ ਬਾਬਾ ਜਵਾਹਰ ਸਿੰਘ ਜੀ ਦੇ 100 ਸਾਲਾ ਅਤੇ ਸ਼੍ਰੀ ਨਾਮਕੁਲ ਰਾਜਾ ਸਾਹਿਬ ਜੀ ਦੀ ਜੋ 81ਵੀਂ ਸਾਲਾਨਾ ਵਰਸੀ ਪਿੰਡ ਝੰਗੜਾਂ ਵਿਖੇ 29, 30, 31 ਅਗਸਤ ਅਤੇ 1 ਸਤੰਬਰ ਨੂੰ ਮਨਾਈ ਜਾ ਰਹੀ ਹੈ। ਹਾਂਜੀ, ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਖਾਨ ਸਾਹਿਬ ਅਤੇ ਮੈਂ ਆ ਰਿਹਾ ਜੀ 30 ਅਗਸਤ ਨੂੰ ਪਿੰਡ ਝੰਗੜਾਂ, ਜਿਸ ਦਰਬਾਰ 'ਤੇ ਅਸੀਂ ਆ ਰਹੇ ਹਾਂ। ਬੜਾ ਵੱਡਾ ਦਰਬਾਰ ਹੈ ਝੰਗੜਾਂ ਦੇ ਵਿੱਚ। ਰਾਜਾ ਸਾਹਿਬ ਧੰਨ ਧੰਨ ਸ਼੍ਰੀ ਮਹਾਰਾਜ ਜਵਾਹਰ ਸਿੰਘ ਜੀ, ਉਹਨਾਂ ਦੇ ਦਰਬਾਰ 'ਤੇ ਆਪਾਂ ਆ ਰਹੇ ਹਾਂ ਅਤੇ ਤੁਸੀਂ ਸਾਰੀਆਂ ਸੰਗਤਾਂ ਨੇ ਜ਼ਰੂਰ ਪਹੁੰਚਣਾ। ਸੋ ਇਸ ਵਰਸੀ ਦੇ ਮੌਕੇ ਸ਼੍ਰੀ ਅਖੰਡ ਜਾਪ ਆਰੰਭ ਕੀਤੇ ਜਾਣਗੇ ਔਰ 29 ਅਗਸਤ ਰਾਤ ਨੂੰ ਮੀਰੀ ਪੀਰੀ ਖਾਲਸਾ ਜਥਾ ਜਗਾਦਰੀ ਵਾਲੇ, ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ, ਢਾਡੀ ਜਥਾ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ 30 ਅਗਸਤ ਸ਼੍ਰੀ ਨਾਮਕੁਲ ਰਾਜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਰਾਤ ਨੂੰ ਸਮਾਧਾਂ ਵਿਖੇ ਸੂਫੀ ਸਿੰਗਰ ਹਮਸਰ ਹਯਾਤ ਅਤੇ ਗਾਇਕ ਖਾਨ ਸਾਹਿਬ ਹਾਜ਼ਰੀਆਂ ਭਰਨਗੇ। ਮਿਹਰਬਾਨੀ, ਸ਼ੁਕਰੀਆ, ਖੁਸ਼ ਰਹੋ, ਆਬਾਦ ਰਹੋ ਅਤੇ ਸਾਰੇ ਜਾਣੇ 30 ਅਗਸਤ ਨੂੰ ਪਿੰਡ ਝੰਗੜਾਂ ਦੇ ਵਿੱਚ ਜ਼ਰੂਰ ਪਹੁੰਚੋ। ਬੜੀ ਮਿਹਰਬਾਨੀ, ਅੱਲਾ ਹਾਫਿਜ਼। ਭੋਗ ਤੋਂ ਉਪਰੰਤ ਪੰਥ ਦੇ ਮਹਾਨ ਢਾਡੀ ਜਥਾ ਗੁਰਿੰਦਰ ਸਿੰਘ ਜੀ ਬੈਂਸ ਅਤੇ ਪੰਮਾ ਡੂਮੇਵਾਲੀਆ ਹਾਜ਼ਰੀ ਭਰਨਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼੍ਰੀ ਨਾਮਕੁਲ ਰਾਜਾ ਸਾਹਿਬ ਜੀ ਦੀ ਸਾਲਾਨਾ ਵਰਸੀ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਰਾਜਾ ਬਲੀ ਕਰ ਭਲੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।